Hey guys, subscribe and press the bell icon to never miss a video from Gabru. Duniya te aisi koi shay nahi jatti hai jehdi tere kadma ch tari jani nahi. Singe de is song di audio ne te saryan de dil khush kite si, par hun recently release hoi is di video ne vi sab da mann jit liya hai. Ji haan, is di video kaafi different concept ate different tarike naal direct kiti gayi hai ate sab valon bahut pasand kiti ja rahi hai. Te hun Singe naal judi navi update eh hai ki jithe assi unhan da recently gaana enjoy kita hai Shay, te hun oh taiyar ne sanu apne agle gaane de naal entertain karan layi, jis di information unhan ne sade naal apne Instagram handle te ਇੱਕ ਪੋਸਟ ਰਾਹੀਂ ਸ਼ੇਅਰ ਕੀਤੀ ਹੈ। ਆਓ ਤੁਸੀਂ ਚੈੱਕ ਕਰੋ ਉਹਨਾਂ ਦੀ ਇਹ ਪੋਸਟ। ਉਹਨਾਂ ਨੇ ਆਪਣੀ ਇਸ ਪੋਸਟ ਦੀ ਕੈਪਸ਼ਨ ਵਿੱਚ ਲਿਖਿਆ ਹੈ, ਖਾ ਕੇ ਨਿਰਨੇ ਕਾਲਜੇ ਮਰ ਜੋ ਜਿਨ੍ਹਾਂ ਨੂੰ ਸਿੰਘਾ ਜ਼ਹਿਰ ਲੱਗਦਾ। ਕਮਿੰਗ ਸੂਨ। ਇਸ ਗਾਣੇ ਦੀਆਂ ਬਾਕੀ ਡਿਟੇਲਸ ਤੇ ਹਜੇ ਉਹਨਾਂ ਵੱਲੋਂ ਸਾਡੇ ਨਾਲ ਸ਼ੇਅਰ ਨਹੀਂ ਕੀਤੀਆਂ ਗਈਆਂ, ਪਰ ਸਾਨੂੰ ਉਮੀਦ ਹੈ ਕਿ ਸਾਨੂੰ ਜਲਦ ਹੀ ਸਿੰਘੇ ਦਾ ਨਵਾਂ ਗਾਣਾ ਸੁਣਨ ਨੂੰ ਮਿਲੇਗਾ। ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਸਿੰਘਾ ਦੀ ਐਕਟਿੰਗ ਦੀ, ਤੇ ਅਸੀਂ ਉਹਨਾਂ ਨੂੰ ਰੀਸੈਂਟਲੀ ਦੇਖਿਆ ਸੀ ਮੂਵੀ ਬਲੈਕੀਆ ਦੇ ਵਿੱਚ, ਉਹਨਾਂ ਦੇ ਹੀ ਗਾਣੇ ਬਲੈਕੀਆ ਮੀਟਸ ਸਿੰਘਾ ਵਿੱਚ। ਤੇ ਜੇ ਗੱਲ ਕਰੀਏ ਉਹਨਾਂ ਦੀ ਅਪਕਮਿੰਗ ਮੂਵੀ ਦੀ, ਤੇ ਅਸੀਂ ਉਹਨਾਂ ਨੂੰ ਜਲਦ ਹੀ ਦੇਖਾਂਗੇ ਮੂਵੀ ਜ਼ੋਰਾ ਦਾ ਸੈਕਿੰਡ ਚੈਪਟਰ ਦੇ ਵਿੱਚ। ਇਸ ਤੋਂ ਇਲਾਵਾ ਜੇ ਗੱਲ ਕਰੀਏ ਸਿੰਘਾ ਦੇ ਗਾਣਿਆਂ ਦੀ, ਤੇ ਉਹਨਾਂ ਦੇ ਫੈਨਸ ਉਹਨਾਂ ਦੇ ਹਰ ਗਾਣੇ ਨੂੰ ਬਹੁਤ ਪਸੰਦ ਕਰਦੇ ਨੇ, ਤੇ ਉਹਨਾਂ ਦੇ ਕਈ ਸੁਪਰ ਹਿੱਟ ਸੌਂਗਸ ਸਾਰਿਆਂ ਦੇ ਹੀ ਫੇਵਰਿਟ ਨੇ, ਜਿਵੇਂ ਕਿ ਫੋਟੋ, ਸ਼ੈ, ਮੰਡੀਰ, ਵਾਰਦਾਤ ਅਤੇ ਡੂ ਔਰ ਡਾਈ। ਜਿਵੇਂ ਸਿੰਘਾ ਦੇ ਫੈਨਸ ਉਹਨਾਂ ਦੇ ਬਾਕੀ ਪ੍ਰੋਜੈਕਟਸ ਨੂੰ ਪਿਆਰ ਦਿੰਦੇ ਨੇ, ਸਾਨੂੰ ਪੂਰੀ ਉਮੀਦ ਹੈ ਕਿ ਉਹਨਾਂ ਦੇ ਇਸ ਆਉਣ ਵਾਲੇ ਪ੍ਰੋਜੈਕਟ ਨੂੰ ਵੀ ਉਹਨਾਂ ਦੇ ਫੈਨਸ ਉਹਨਾਂ ਹੀ ਪਿਆਰ ਦੇਣਗੇ। ਬਾਕੀ ਅਸੀਂ ਤਾਂ ਬਹੁਤ ਉਡੀਕ ਕਰ ਰਹੇ ਹਾਂ ਉਹਨਾਂ ਦੇ ਆਉਣ ਵਾਲੇ ਇਸ ਗਾਣੇ ਦੀ, ਤੁਸੀਂ ਕਿੰਨੀ ਉਡੀਕ ਕਰ ਰਹੇ ਹੋ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀਆਂ ਨਵੀਆਂ ਅਪਡੇਟਸ ਜਾਣਨ ਲਈ ਸਬਸਕ੍ਰਾਈਬ ਕਰੋ ਸਾਡੇ ਯੂਟਿਊਬ ਚੈਨਲ gabru.com। ਨੀਚੇ ਦਿੱਤੇ ਬੈਲ ਆਈਕਨ ਨੂੰ ਨੋਟੀਫਿਕੇਸ਼ਨ ਲਈ ਕਲਿੱਕ ਕਰਨਾ ਨਾ ਭੁੱਲੋ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗਬਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗਬਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗਬਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।